ਪਹਿਲੀ ਵਾਰੀ ਮੇਰੇ ਫਾਦਰ ਸਾਹਿਬ ਵੀ ਇੱਥੇ ਸ਼ੋਅ ਦੇਖਣ ਆਏ ਸੀ। ਵੀਲ ਚੇਅਰ ਤਾਂ ਨਹੀਂ, ਇਸ ਕਰਕੇ ਉਹਨਾਂ ਨੂੰ ਥੋੜ੍ਹਾ ਜਿਹਾ ਪਹਿਲਾਂ ਲਗਾ ਦਿੱਤਾ ਐਕਚੁਅਲੀ, ਜਿਹਦੇ ਕਰਕੇ ਦੱਸਾ ਜਾਣਾ ਤੁਹਾਡੇ ਸਾਹਮਣੇ ਖੜਾ, ਐਕਚੁਅਲ ਦੱਸਾ ਜਾਣਾ ਮੇਰੇ ਫਾਦਰ ਸਾਹਿਬ ਆਏ ਸੀ। ਉਹਨਾਂ ਦੇ ਪਸੰਦ ਦਾ ਕਲਾਕਾਰ ਸ਼੍ਰੀ ਕੁਲਦੀਪ ਮਾਣਕ ਸਾਹਿਬ, ਇੱਕੋ ਹੀ ਕਲਾਕਾਰ ਬਹੁਤ ਸਮਝਦੇ ਸੀ। ਮੈਂ ਪਤਾ ਨਹੀਂ ਕਦੋਂ ਗਾਉਣ ਲੱਗ ਪਿਆ, ਪਤਾ ਨਹੀਂ ਲੱਗਾ। ਥੈਂਕ ਯੂ ਡੈਡ, ਆਈ ਲਵ ਯੂ। ਸ਼ਾਇਦ ਮੈਂ ਕਦੇ ਡੈਡੀ ਨੂੰ ਮੂੰਹ ਤੇ ਨਹੀਂ ਕਿਹਾ, ਆਈ ਲਵ ਯੂ ਸੋ ਮੱਚ। ਵੀਲ ਚੇਅਰ ਤਾਂ ਨਹੀਂ, ਇਸ ਕਰਕੇ ਉਹਨਾਂ ਨੂੰ ਥੋੜ੍ਹਾ ਜਿਹਾ ਪਹਿਲਾਂ ਲਗਾ ਦਿੱਤਾ ਐਕਚੁਅਲੀ, ਜਿਹਦੇ ਕਰਕੇ ਦੱਸਾਂ ਜਾਣਾ ਤੁਹਾਡੇ ਸਾਹਮਣੇ ਖੜਾ, ਐਕਚੁਅਲ ਦੱਸਾਂ ਜਾਣਾ ਮੇਰੇ ਫਾਦਰ ਸਾਹਿਬ ਆਏ ਸੀ। ਉਹਨਾਂ ਦੇ ਪਸੰਦ ਦਾ ਕਲਾਕਾਰ ਸ਼੍ਰੀ ਕੁਲਦੀਪ ਮਾਣਕ ਸਾਹਿਬ, ਇੱਕੋ ਹੀ ਕਲਾਕਾਰ ਬਹੁਤ ਸਮਝਦੇ ਸੀ। ਮੈਂ ਪਤਾ ਨਹੀਂ ਕਦੋਂ ਗਾਉਣ ਲੱਗ ਪਿਆ, ਪਤਾ ਨਹੀਂ ਲੱਗਾ। ਥੈਂਕ ਯੂ ਡੈਡ, ਆਈ ਲਵ ਯੂ। ਸ਼ਾਇਦ ਮੈਂ ਕਦੇ ਡੈਡੀ ਨੂੰ ਮੂੰਹ ਤੇ ਨਹੀਂ ਕਿਹਾ, ਆਈ ਲਵ ਯੂ ਸੋ ਮੱਚ। ਨਜਾਇਜ ਵਿਕਦੀ ਉਹ ਛਾਪਾ ਮਾਰ ਲਓ ਪੜੋਸੀ, ਉਹ ਜਾ ਕੇ ਬਈ ਪੀਣ ਵਾਲੇ ਰੱਖ ਬੋਤਲਾਂ, ਮੈਂ ਪੀਤੀਓ ਡਿੱਗਣ ਕੁਛ ਗਾ ਕੇ, ਉਹ ਅੱਖਾਂ ਚ ਨਜਾਇਜ ਵਿਕਦੀ ਜਿਹਦੇ ਕਰਕੇ ਦੱਸਾਂ ਜਾਣਾ ਤੁਹਾਡੇ ਸਾਹਮਣੇ ਖੜਾ, ਐਕਚੁਅਲ ਦੱਸਾਂ ਜਾਣਾ ਮੇਰੇ ਫਾਦਰ ਸਾਹਿਬ ਆਏ ਸੀ। ਉਹਨਾਂ ਦੇ ਪਸੰਦ ਦਾ ਕਲਾਕਾਰ ਸ਼੍ਰੀ ਕੁਲਦੀਪ ਮਾਣਕ ਸਾਹਿਬ, ਇੱਕੋ ਹੀ ਕਲਾਕਾਰ ਬਹੁਤ ਸਮਝਦੇ ਸੀ। ਮੈਂ ਪਤਾ ਨਹੀਂ ਕਦੋਂ ਗਾਉਣ ਲੱਗ ਪਿਆ, ਪਤਾ ਨਹੀਂ ਲੱਗਾ। ਥੈਂਕ ਯੂ ਡੈਡ, ਆਈ ਲਵ ਯੂ। ਸ਼ਾਇਦ ਮੈਂ ਕਦੇ ਡੈਡੀ ਨੂੰ ਮੂੰਹ ਤੇ ਨਹੀਂ ਕਿਹਾ, ਆਈ ਲਵ ਯੂ ਸੋ ਮੱਚ। ਵੀਲ ਚੇਅਰ ਤਾਂ ਨਹੀਂ, ਇਸ ਕਰਕੇ ਉਹਨਾਂ ਨੂੰ ਥੋੜ੍ਹਾ ਜਿਹਾ ਪਹਿਲਾਂ ਲਗਾ ਦਿੱਤਾ ਐਕਚੁਅਲੀ, ਜਿਹਦੇ ਕਰਕੇ ਦੱਸਾਂ ਜਾਣਾ ਤੁਹਾਡੇ ਸਾਹਮਣੇ ਖੜਾ, ਐਕਚੁਅਲ ਦੱਸਾਂ ਜਾਣਾ ਮੇਰੇ ਫਾਦਰ ਸਾਹਿਬ ਆਏ ਸੀ। ਉਹਨਾਂ ਦੇ ਪਸੰਦ ਦਾ ਕਲਾਕਾਰ ਸ਼੍ਰੀ ਕੁਲਦੀਪ ਮਾਣਕ ਸਾਹਿਬ, ਇੱਕੋ ਹੀ ਕਲਾਕਾਰ ਬਹੁਤ ਸਮਝਦੇ ਸੀ। ਮੈਂ ਪਤਾ ਨਹੀਂ ਕਦੋਂ ਗਾਉਣ ਲੱਗ ਪਿਆ, ਪਤਾ ਨਹੀਂ ਲੱਗਾ। ਥੈਂਕ ਯੂ ਡੈਡ, ਆਈ ਲਵ ਯੂ। ਸ਼ਾਇਦ ਮੈਂ ਕਦੇ ਡੈਡੀ ਨੂੰ ਮੂੰਹ ਤੇ ਨਹੀਂ ਕਿਹਾ, ਆਈ ਲਵ ਯੂ ਸੋ ਮੱਚ। ਨਜਾਇਜ ਵਿਕਦੀ ਉਹ ਛਾਪਾ ਮਾਰ ਲਓ ਪੜੋਸੀ, ਉਹ ਜਾ ਕੇ ਬਈ ਪੀਣ ਵਾਲੇ ਰੱਖ ਬੋਤਲਾਂ, ਮੈਂ ਪੀਤੀਓ ਡਿੱਗਣ ਕੁਛ ਗਾ ਕੇ। ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ, ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ।